ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਵੀਡੀਓ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਵਿੱਚੋਂ ਬਹੁਤੇ ਲੋਕ ਤੁਸੀਂ ਅਕਸਰ ਦੇਖੇ ਹੋਣਗੇ ਕਿ ਹਰ ਵੇਲੇ ਰੋਂਦੇ ਰਹਿਣਗੇ ਕਿ ਵਾਹਿਗੁਰੂ ਜੀ ਸਾਡੀ ਤਾਂ ਕੋਈ ਅਰਦਾਸ ਨਹੀਂ ਪੂਰੀ ਕਰਦੇ ਫਲਾਣੇ ਦੇ ਕੋਲ ਆਹ ਚੀਜ਼ ਵੀ ਆ ਗਈ ਵਾਹਿਗੁਰੂ ਜੀ ਮੇਰੀ ਤਾਂ ਸੁਣਦੇ ਨਹੀਂ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਪਾਠ ਵੀ ਕਰਦੇ ਆ ਪਰ ਕਿਦੀ ਆਪਦੇ ਮਨ ਨੂੰ ਪੁੱਛ ਕੇ ਦੇਖੋ ਕਿ ਵਾਹਿਗੁਰੂ ਦੇ ਉੱਤੇ ਭਰੋਸਾ ਬਣਿਆ ਕਿਉਂਕਿ ਮੇਰੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਤਾਂ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਦਿੰਦਾ ਹੈ ਜੋ ਆਪਣੇ ਕਰਮਾਂ ਵਿੱਚ ਜੋ ਆਪਣੇ ਭਾਗਾਂ ਵਿੱਚ ਨਹੀਂ ਵੀ ਲਿਖੀ ਹੁੰਦੀ ਉਹ ਵੀ ਮਿਲ ਜਾਂਦੀ ਹੈ ਜਿੰਨਾ ਮਨੁੱਖਾਂ ਨੂੰ ਮੇਰੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਆਉਂਦਾ ਹੈ ਤੇ ਭਰੋਸੇ ਦਾ ਮਤਲਬ ਇਹ ਨਹੀਂ ਕਿ ਭਰੋਸਾ ਸਿਰਫ ਬੋਲਾਂ ਦਾ ਹੋਵੇ ਹਾਂ ਕਿ ਮੈਂ ਥਾਂ ਥਾਂ ਤੇ ਜਾ ਕੇ ਢੰਡੋਰਾ ਫੇਰਦਾ ਫਿਰਾਂ ਕਿ ਹਾਂਜੀ ਮੈਨੂੰ ਤਾਂ ਵਾਹਿਗੁਰੂ ਜੀ ਤੇ ਬਹੁਤ ਭਰੋਸਾ ਆਇਆ ਮਿੰਨਤ ਵਾਹਿਗੁਰੂ ਜੀ ਤੇ ਬਹੁਤ ਵਿਸ਼ਵਾਸ ਆ ਤੇ ਜਦੋਂ ਕੋਈ ਔ ਆਵੇ ਤੇ ਉਦੋਂ ਮਨ ਦੇ ਵਿੱਚ ਡਰ ਆਵੇ ਕਿ ਪਤਾ ਨਹੀਂ ਕੀ ਬਣੇਗਾ ਨਹੀਂ ਜਿੱਥੇ ਭਰੋਸਾ ਹੁੰਦਾ ਹੈ ਉਥੇ ਡਰ ਨਹੀਂ ਹੁੰਦਾ ਉਥੇ ਵਿਸ਼ਵਾਸ ਹੁੰਦਾ ਹੈ ਪਤਾ ਹੁੰਦਾ ਹੈ ਕਿ ਮੇਰੇ ਵਾਹਿਗੁਰੂ ਜੀ ਜੋ ਵੀ ਕਰ ਰਹੇ ਨੇ ਜਾਂ ਵਾਹਿਗੁਰੂ ਜੀ ਜੋ ਵੀ ਕਰਨਗੇ ਉਹ ਸਭ ਠੀਕ ਕਰਨਗੇ ਸਭ ਚੰਗਾ ਹੀ ਕਰਨਗੇ ਜੇ ਇਸ ਟਾਈਮ ਤੁਹਾਡੇ ਨਾਲ ਕੁਝ ਮਾੜਾ ਹੋ ਰਿਹਾ ਉਹਦੇ ਵਿੱਚ ਜਰੂਰ ਕੁਝ ਨਾ ਕੁਝ ਤੁਹਾਡੇ ਲਈ ਚੰਗਾ ਛੁਪਿਆ ਹੋਵੇਗਾ ਜੇ ਮੇਰੇ ਵਾਹਿਗੁਰੂ ਦੇ ਉੱਤੇ ਭਰੋਸਾ ਪੱਕਾ ਹੈ ਤਾਂ ਮੇਰੇ ਵਾਹਿਗੁਰੂ ਜੀ ਤਾਂ ਨਾ ਮੁਮਕਿਨ ਨੂੰ ਵੀ ਮੁਮਕਿਨ ਕਰ ਦਿੰਦੇ ਨੇ ਜੋ ਤੁਹਾਡੀ ਕਰਮਾ ਵਿੱਚ ਨਹੀਂ ਵੀ ਲਿਖਿਆ ਉਹ ਵੀ ਦੇ ਦੇਣਗੇ ਤੇ ਆਓ ਆਪਾਂ ਵੀ ਆਪਣੇ ਵਾਹਿਗੁਰੂ ਦੇ ਉੱਤੇ ਭਰੋਸਾ ਕਰੀਏ ਤਾਂ ਦੇਖਣਾ ਜਿਸ ਦਿਨ ਆਪਣਾ ਭਰੋਸਾ ਵੀ ਪੱਕਾ ਹੋ ਗਿਆ ਆਪਣੇ ਵਾਹਿਗੁਰੂ ਤੇ ਤੇ ਮੇਰੇ ਵਾਹਿਗੁਰੂ ਜੀ ਨੇ ਆਪਣੀ ਵੀ ਬਾਹ ਇੰਜ ਘੁੱਟ ਕੇ ਫੜ ਲੈਣੀ ਆ ਕਿ ਜਿੰਨੇ ਮਰਜੀ ਦੁੱਖ ਤਕਲੀਫਾਂ ਆਉਣ ਮੇਰੇ ਵਾਹਿਗੁਰੂ ਜੀ ਨੇ ਆਪ ਪਾਰ ਲੰਗਾ ਦੇਣਾ ਜਿਨ੍ਹਾਂ ਦੇ ਮੇਰੇ ਵਾਹਿਗੁਰੂ ਜੀ ਤੇ ਭਰੋਸਾ ਹੁੰਦਾ ਹੈ ਵਾਹਿਗੁਰੂ ਜੀ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦਾ ਹੈ ਹਰ ਥਾਂ ਤੇ ਉਹਨਾਂ ਦੀ ਲਾਜ ਰੱਖਦਾ ਹੈ ਜਾਓ ਆਪਾਂ ਵੀ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਕਰੀਏ ਤੇ ਭਰੋਸਾ ਪੱਕਾ ਹੋਣਾ ਕਿੰਜ ਹੈ ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਗੁਰਬਾਣੀ ਪੜੋ ਸੁਣੋ ਅਤੇ ਵਿਚਾਰੋ ਕਿਉਂਕਿ ਜਦੋਂ ਗੁਰਬਾਣੀ ਨੂੰ ਪੜਾਂਗੇ ਸੁਣਾ ਲਈ ਅਤੇ ਵਿਚਾਰਾਂਗੇ ਫਿਰ ਸਾਡੇ ਮਨ ਨੇ ਇੰਨਾ ਮਜ਼ਬੂਤ ਹੋ ਜਾਣਾ ਤੇ ਦੇਖਣਾ ਆਪਣਾ ਵੀ ਜੀਵਨ ਕਿੰਨਾ ਚੜ੍ਹਦੀ ਕਲਾ ਵਾਲਾ ਬਣ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ